पटियाला दे विच बीजेपी दे शहरी प्रधान दे घर लगातार तीन दिन तो किसानां वलों प्रदर्शन किया जा रहा है। किसानां वलों रात दिन इत्थे धरना लगाया जा रहा है अते बीजेपी दे प्रधान नूं अस्तीफा देण दी मंग कीती जा रही है। अज फिर किसानां वलों थालियां बजा के ते चमचे खड़का के मोदी सरकार नूं जगाउण दी कोशिश कीती गई। अजिहे विच बीजेपी दे पटियाला शहरी प्रधान हरिंदर कोहली नूं अस्तीफा देण दी वी मंग कीती है। इस दे नाल ही किसान आगुआं वलों रोस जाहिर करदे होए कहा गया है कि घर दे अंदर ओह कुछ वी जाण नहीं देणगे। उन्हां ने कहा है कि मोदी सरकार ने किसानां नूं मुश्किल दे विच पाया होया है, पर हरिंदर कोहली वलों किसानां दी गल मोदी तक नहीं पहुँचाई जा रही। इन्हां किसानां ने कहा है कि जिन्नी देर सरकार उन्हां दीआं मंगां नहीं मन्नदी ओह अपना संघर्ष जारी रखणगे अते हरिंदर कोहली अपना अस्तीफा देणगे। ਅੱਜ ਵਿਰੋਧ ਕਰ ਰਹੇ ਹਾਂ ਜੁੱਤੀਆਂ ਨਾਲ ਮੋਦੀ ਦਾ, ਜਿਹੜੇ ਇਹਨੇ ਕਾਨੂੰਨ ਸਾਨੂੰ ਕੱਢਿਆ ਨਾ ਇਹਨੂੰ ਹੁਣ ਜੁੱਤੀਆਂ ਬਹਿਣ ਗਈਆਂ। ਅਤੇ ਜਿਹੜੇ ਇੱਥੇ ਮਤਲਬ ਬੰਦੇ ਮਤਲਬ ਇਹਨਾਂ ਦੇ ਬਾਰ ਦੇ ਵਿੱਚ ਬੈਠੇ ਅਸੀਂ ਕੋਹਲੀ ਦੇ ਬਾਰ ਦੇ ਵਿੱਚ ਬੈਠੇ ਹਾਂ ਉਹਦੇ ਵੀ ਅਸੀਂ ਜੁੱਤੀਆਂ ਦਾ ਹਾਰ ਪਾਵਾਂਗੇ। ਕਦੋਂ ਪਾਵਾਂਗੇ ਜਦ ਵੀ ਮਤਲਬ ਹਜੇ ਅਸੀਂ ਦੋ ਕੁ ਦਿਨ ਤੱਕ ਦੇਖ ਰਹੇ ਹਾਂ ਅਸਤੀਫਾ ਨਹੀਂ ਦਿੰਦਾ ਹੈਗਾ ਨਾ ਅਸੀਂ ਇਹਦਾ ਕਰਾਂਗੇ ਇਲਾਜ। ਅਤੇ ਦੋ ਦਿਨ ਦੇ ਵਿੱਚ ਇਹਨੇ ਸਾਡੀ ਕੋਈ ਖਬਰ ਨਹੀਂ ਲਈ ਹੈਗੀ। ਜੋ ਇੱਥੇ ਪ੍ਰਸ਼ਾਸਨ ਬੈਠਿਆ ਉਹ ਵੀ ਵਿਚਾਰਾ ਰਾਤ ਨੂੰ ਅਸੀਂ ਦੇਖਦੇ ਹਾਂ ਇਹਨੂੰ ਅਸੀਂ ਆਪ ਕੱਪੜੇ ਦਿੱਤੇ ਹਾਂ ਇਹ ਕੋਈ ਆ ਕੇ ਖਬਰ ਨਹੀਂ ਲੈ ਰਹੇ ਗਏ ਪ੍ਰਸ਼ਾਸਨ ਦੀ ਵੀ। ਇਹ ਇੰਨਾ ਮਾੜਾ ਬੰਦਾ ਹੈ ਮਹੱਲੇ ਵਾਲੇ ਤਾਂ ਕਹਿ ਰਹੇ ਹਾਂ ਅਸੀਂ ਆ ਤਿੰਨ ਦਿਨ ਤੋਂ ਦੇਖ ਰਹੇ ਅਸੀਂ ਵੀ ਦੇਖ ਰਹੇ ਜੀ ਇਹ ਕਠੂਰ ਵੀ ਇਹੋ ਜਿਹਾ ਕੋਈ ਚੰਗਾ ਬੰਦਾ ਨਹੀਂ ਹੈਗਾ। ਇਹਨੂੰ ਇਹ ਗੱਲ ਦਾ ਜੇ ਅਹਿਸਾਸ ਹੋਣਾ ਚਾਹੀਦਾ। ਅੱਜ ਦੋ ਵਿਧਾਇਕ ਮਤਲਬ ਅਸਤੀਫਾ ਦੇ ਗਏ ਇਹਨੂੰ ਕਿਹੜਾ ਜ਼ਿਆਦਾ ਕੁਰਸੀ ਮਿਲ ਰਹੀ ਹੈ ਇਹਨੂੰ ਕਿਹੜਾ ਮੋਦੀ ਜਾਣਦਾ ਹੋਊਗਾ ਵੀ ਉੱਥੇ ਸਾਡਾ ਕੋਹਲੀ ਬੈਠਿਆ ਇਹ ਤਾਂ 20 ਕੋਹਲੀ ਫਿਰਦੇ ਹੋਣੇ ਉਹਦੇ ਮਗਰ ਮਗਰ। ਸਾਡਾ ਕਹਿਣ ਦਾ ਭਾਵ ਹੈਗਾ ਦੇਖੋ ਖਾਲਸਾ ਦੇ ਗਿਆ ਅਤੇ ਜਿਹੜਾ ਫਤਿਹਗੜ੍ਹ ਵਾਲਾ ਤਾਂ ਉਹ ਅਸਤੀਫਾ ਦੇ ਗਿਆ ਇੱਕ ਇੱਕ ਆਪਣਾ ਐਡਵੋਕੇਟ ਦਾ ਮਤਲਬ ਵਕੀਲ ਰਾਜਬਰੇ ਦਾ ਉਹ ਦੇ ਗਿਆ ਅਤੇ ਰੋਜ਼ਪੁਰ ਤੋਂ ਅਸੀਂ ਦਿੱਤੀਵੇਂ ਦੇ ਰਹੇ ਨੇ ਸਾਰੇ ਦੇ ਰਹੇ ਨੇ ਮਤਲਬ ਸਾਡਾ ਕਹਿਣ ਦਾ ਭਾਵ ਹੈਗਾ ਅਤੇ ਇਹੀ ਹਾਰ ਆ ਜਿਹੜਾ ਥਾਲੀਆਂ ਨਾਲ ਅਸੀਂ ਅੱਜ ਜੁੱਤੀਆਂ ਨਾਲ ਮਾਰ ਰਹੇ ਹਾਂ ਨਾ ਵੀ ਇਹਦੀ ਮਨ ਕੀ ਬਾਤ ਹੈ ਇਹ ਅਸੀਂ ਚੱਲਣ ਨਹੀਂ ਦੇਣੀ ਹੈਗੀ। ਸਾਡਾ ਜਥੇਬੰਦੀ ਦਾ ਐਲਾਨ ਹੈ ਅਸੀਂ ਇਹਦਾ ਵਿਰੋਧ ਕਰਦੇ ਰਹਾਂਗੇ ਕਰਾਂਗੇ। ਅਸੀਂ ਤਾਂ ਸੰਘਰਸ਼ ਅਸੀਂ ਤਾਂ ਜੀ ਇਹਦੇ ਘਰ ਦਾ ਕਮਲਜੀਤ ਸਿੰਘ ਕਲਿਆਣ ਅਸੀਂ ਤਾਂ ਜੀ ਇਹਦੇ ਘਰ ਦਾ ਹੁੱਕਾ ਪਾਣੀ ਜਮ੍ਹਾਂ ਹੀ ਬੰਦ ਕਰ ਦੇਣਾ। ਦੁੱਧ ਬਾਅਦ ਸਬਜ਼ੀ ਭਾਜੀ ਇਹਦੇ ਅੰਦਰ ਨਹੀਂ ਅਸੀਂ ਘਰੋਂ ਬਾਹਰੋਂ ਜਾਣ ਦੇਣੀ ਅਤੇ ਇਹਦਾ ਬਿਜਲੀ ਪਾਣੀ ਬੰਦ ਕਰ ਦੇਣਾ ਜੀ ਅਸੀਂ ਜਮ੍ਹਾਂ ਹੀ ਲਾਈਟ ਕੱਟ ਦੇਣੀ ਹੈ ਇਹਦੀ ਘਰਾਂ ਨੂੰ ਜਿੰਦੇ ਲਾ ਦਿੰਦੇ ਨੇ ਅਸੀਂ ਦੋਵਾਂ ਨੂੰ ਬਸ ਗੇਟਾਂ ਨੂੰ ਇਹਦੇ ਸੰਘਰਸ਼ ਅਸੀਂ ਉਹ ਤੇਜ਼ ਕਰਾਂਗੇ।